ਸ਼ਾਦੀ ਆਸਤੇ ਆਏ ਹੋ? ਹਾਂਜੀ। ਮਾਫੀ ਚਾਹੁੰਦਾ ਮੈਂ ਸਮਝਿਆ ਕਿ ਸਰ ਭਾਈ ਜਾਨ ਜੀ ਭਾਈ ਸੋਹਣੇ ਨਹੀਂ ਕੋਈ ਇੱਥੇ ਕੋਈ ਵੀ ਨੱਚਣ ਵਾਲੀ ਨਹੀਂ। ਤੁਸੀਂ ਕਿਹਾ ਸੀ ਕਿ ਕੰਜਰੀਆਂ ਬੜੀਆਂ ਉਹ ਫਟਾਉਣੀਆਂ ਨੇ, ਕਿੱਥੇ ਗਏ? ਭਰਾਵਾ ਸਾਰੀਆਂ ਨਾਲ ਤਾਂ ਵਿਆਹ ਕਰੀ ਜਾਂਦੇ, ਪਤਾ ਨਹੀਂ ਕੋਠੇ ਬੰਦ ਕਰ ਲਏ ਇਹਨਾਂ ਨੇ। लड़ाई ना करें क्यों? ਉਹਦੀ ਬੈਕਗ੍ਰਾਉਂਡ ਬਹੁਤ ਸਟਰੋਂਗ ਹੈ। ਤੂੰ ਕਿਸੇ ਵੇਲੇ ਟਾਈਮ ਕੱਢ ਕੇ ਮੇਰਾ ਫਰੰਟ ਵੀ ਵੇਖ ਆ, ਇਹਨੂੰ ਵੀ ਪਤਾ ਲੱਗੇ ਮੇਰਾ ਫਰੰਟ ਕੈਸਾ ਹੈ। ਅਸਲਾਮ ਅਲੈਕਮ ਖਾਲਾ ਜੀ। ਇਹ ਕੰਜਰਾਂ ਦੇ ਅਸੂਲ ਹੁੰਦੇ ਨੇ, ਇਹਨਾਂ ਨੂੰ ਇੱਜ਼ਤ ਦਿਓ ਤੇ ਤੁਹਾਨੂੰ ਵੀ ਇੱਜ਼ਤ ਦੇਣਗੇ। ਤੇ ਜੇ ਇਹਨਾਂ ਨੂੰ ਇੱਜ਼ਤ ਦਈਏ ਤੇ ਇੱਜ਼ਤ ਦਿੰਦੇ ਨੇ? ਹਾਂਜੀ। ਫਿਰ ਕੀ ਦਈਏ ਤੇ ਕੀ ਦੇਣਗੇ ਸਾਨੂੰ ਇਹ? ਜਿਹੜੀ ਮੈਂ ਗੱਲ ਕਰਾਂ ਸੋਨੇ ਦੇ ਸੁਹਾਗਾ ਹੁੰਦੀ ਏ, ਮੇਰੇ ਭਰਾ ਦਿੱਤੀ। ਕਿਆ ਬਾਤ ਏ? ਅੱਛਾ ਉਹ ਮੰਨ ਗਏ ਨੇ? ਹਾਂ ਮੰਨ ਗਏ। ਮੰਨੇ ਨੇ? ਅੱਛਾ ਜੀ। ਕੁੜੀ ਰਾਜ਼ੀ ਏ ਕਹਿੰਦੀ ਆ। ਓ ਇਕਣਾ ਮਿਕਣਾ ਜਿਹੜਾ ਜੋ ਸਿੱਖਾਂ ਵਾਲੀ ਬੋਤਲੀ ਫੜਾ ਦੇ ਕੁੜੀਏ ਤੂੰ ਅੰਮੀ ਸੌਰੀ। ਮੰਨ ਗਿਆ ਮੈਂ। ਮਾਂ ਦੀ ਗੱਲ ਮੰਨਣੀ ਏ, ਮੇਰਾ ਬੀਬਾ ਪੁੱਤ ਮੇਰਾ ਰਾਜਾ ਪੁੱਤ। ਅੱਛਾ ਤੇ ਮੈਨੂੰ ਮੋਟਰਸਾਈਕਲ ਦੇ ਸੰਜੇਜ਼ ਵਿੱਚ। ਓਏ ਗੌਰ ਦੇਣਗੇ? ਮੈਨੂੰ ਥੱਲੇ ਨਾ ਦੇ ਦੇਣ, ਕਿਉਂਕਿ ਕਾਰ ਵਾਲੀ ਤੇਰੀ ਫੈਮਿਲੀ ਨਹੀਂ ਹੈ। ਇੱਕ 24 ਦਾ ਸਾਈਕਲ ਸੀ ਤੇਰੇ ਅੱਪੇ ਕੋਲ ਤੇ ਆਪ ਬਾਹਰ ਸੌਂਦਾ ਸੀ, ਸਾਈਕਲ ਕਮਰੇ 'ਚ ਰੱਖਦਾ ਸੀ। ਨਹੀਂ ਮੈਨੂੰ ਇਹ ਜਿਹੀ ਗੱਲਾਂ ਖੋਟਾ ਗੱਲਾਂ ਨਾ ਕਰ ਮੇਰੇ ਨਾਲ। ਮੈਨੂੰ ਉਹ ਗੱਲ ਕਰ ਕੇ ਤੇਰੀ ਮੇਰੀ ਮੇਰੀ ਤੇਰੀ ਰੋਟੀ ਖਾਣਾ ਹੈ ਮੁਸ਼ਕਿਲ, ਬਿਜਲੀ ਕਾ ਬਿੱਲ ਤੋਂ ਅਦਾ ਨਾ ਹੋ ਪਾਏ। ਬਿਜਲੀ ਕਾ ਬਿੱਲ ਤੋਂ ਅਦਾ ਨਾ ਹੋ ਪਾਏ। ਬਿਜਲੀ ਕਾ ਬਿੱਲ ਤੋਂ ਅਦਾ ਨਾ ਹੋ ਪਾਏ। ਤੁਝੇ ਵੋਟ ਮੈਂ ਪਾਇਆ ਪੱਠਾ ਆਪਣਾ ਬਿਠਾਇਆ, ਤੂਨੇ ਕੁਰਸੀ ਪੇ ਆ ਕੇ ਗਲਾ ਵਾਮ ਕਾ ਦਬਾਇਆ। ਤੇਰਾ ਦਾ ਜਿੱਥੇ ਲੱਗਾ ਪਰੇ ਆਪਣੇ ਖਜ਼ਾਨੇ, ਸਾਡੇ ਭੁੱਖ ਨਾਲ ਰੋਂਦੇ ਨੇ ਨਿਆਣੇ। ਜੰਜ ਤੇ ਫੜੇ ਜਾਈਏ, ਹਾਂ ਅਹੀ ਦੋਵਾਂ ਨੇ ਪੀਤੀ ਹੈ, ਹਾਂ ਤੇ ਮੈਂ ਹੀ ਹਵਾਲਾ ਚ ਜਾਣਾ ਤੇਰੇ ਤੇ ਨੈਣ ਨਕਸ਼ਾ ਤੋਂ ਉਹਨਾਂ ਨੂੰ ਲੱਗਣਾ ਕਿ ਇਹਦਾ ਤੇ ਪਰਮਿਟ ਬਣਿਆ ਹੀ ਹੋਣਾ। ਇਹਨੇ ਮੈਂ ਪੁੱਛਦੇ ਆ ਤੈਨੂੰ, ਉਹ ਕੰਜਰੀਆਂ ਕਿੱਥੇ? ਉਹ ਤੂੰ ਕਰਾਉਣੀ ਆਇਆ ਸੋਚਿਆ ਹੀ ਨਹੀਂ, ਹੁਣ ਦੋ ਵਿਆਹ ਤੁਸੀਂ ਕੀਤੇ ਨੇ, ਤੇ ਇਹਨਾਂ ਨੂੰ ਸੰਭਾਲੋ ਵੀ ਤੁਸੀਂ। ਲੇਕਿਨ ਤੁਹਾਨੂੰ